हेलो जी सारण, सत श्री अकाल। एक होर नंबर डिजाइन ने तैनू पंद्रह डिजाइन ने तैन निकलना, ये भी कोई आ रही है जी। बहुत ही प्यारा डिजाइन है। जो डिजाइन पसंद है वीडियो में शेयर, लाइक तो कमेंट जरूर करो। वीडियो से बनाना दस दें सुनो। ये सिलाई सारी अपने उठी सिलाई पी है। ਆਪਾਂ ਸਿਰੇ ਤੋਂ ਤਿੰਨ ਫੰਦੇ ਬੁਣਾਂਗੇ ਪਹਿਲਾਂ। ਜਦੋਂ ਆਪਾਂ ਨੇ ਪਹਿਲੀ ਸਿਲਾਈ ਸ਼ੁਰੂ ਕਰਨੀ, ਤਿੰਨ ਫੰਦੇ ਬੁਣਾਂਗੇ ਆਪਾਂ ਸਿੱਧੇ ਪਾਸੇ, ਫਿਰ ਧਾਗਾ ਪਿੱਛੇ। ਪਿੱਛੇ ਧਾਗਾ ਕਰਕੇ ਆਪਾਂ ਤਿੰਨ ਫੰਦੇ ਚੱਕਣੇ ਨੇ, ਇੱਕ ਦੋ ਤਿੰਨ। ਤਿੰਨ ਹੀ ਪਾ ਲਏ, ਤਿੰਨ ਹੁਣ ਆਪਾਂ ਇੱਧਰੋਂ ਚੱਕਾਂਗੇ। ਤਿੰਨ ਤਿੰਨ ਬਣ ਗਏ ਧਾਗਾ ਅੱਗੇ। ਇੱਕ ਬੰਦਾ ਪਾ ਲਿਆ, ਫਿਰ ਧਾਗਾ ਪਿੱਛੇ, ਫਿਰ ਆਪਾਂ ਤਿੰਨ ਚੱਕਣੇ। ਇੱਕ ਵਾਰੀ ਪਾ ਲਿਆ ਧਾਗਾ ਅੱਗੇ, ਇਹ ਤਿੰਨ ਦੇ ਤਿੰਨ ਫੰਦੇ ਬਣ ਗਏ। ਫਿਰ ਧਾਗਾ ਪਿੱਛੇ, ਇਹ ਬੰਦੇ ਥੋੜ੍ਹੇ ਢਿੱਲੇ ਹੱਥ ਦੇ ਪਾਉਣੇ ਨੇ, ਪੰਜੇ ਤਾਂ ਆਪਾਂ ਨੇ ਪੁੱਠੀ ਸਿਲਾਈ ਪਾਉਣੀ ਹੈ। ਇਹ ਸਿਲਾਈ ਸਾਰੀ ਪਊਗੀ, ਇੱਕ ਧਾਗਾ ਸਿੱਧਾ ਫੰਦਾ ਅਤੇ ਬਾਕੀ ਦੁਬਾਰੇ ਤਿੰਨ ਫੰਦੇ ਦੇ ਤਿੰਨ। ਪਿੱਛੇ ਆਪਣੇ ਇੱਕ ਧਾਗਾ ਬਚ ਗਿਆ, ਇਹੀ ਪਾ ਲਿਆ। ਇਸ ਲਈ ਆਪਣੀ ਪੂਰੀ ਹੋ ਗਈ। ਸਿਲਾਈ ਆਪਣੀ ਦੂਸਰੀ ਪੈ ਰਹੀ, ਸਿੱਧੀ ਸਾਰੀ ਹੋਈ ਪਊਗੀ ਆਪਣੇ ਕਨੀ ਧਾਗਾ ਕਰਕੇ। ਥੋੜ੍ਹਾ ਜਿਹਾ ਸਿਲਾਈ ਢਿੱਲੇ ਅੱਧੀ ਪਾਉਣੀ, ਜੇ ਆਪਾਂ ਕਸਮੇ ਹੱਥ ਨੂੰ ਪਾਉਣੇ ਦਿੱਕਤ ਆਉਂਦੀ ਫਿਰ ਤਿੰਨ ਫੰਦੇ ਬਣਾਉਣ ਲਈ।
ਇਸ ਲਈ ਆਪਾਂ ਨੇ ਪਾ ਲਈ। ਅਤੇ ਹੁਣ ਇਸ ਲਈ ਧਿਆਨ ਨਾਲ ਦੇਖਣੀ ਆ, ਆਪਾਂ ਪਹਿਲਾਂ ਤਿੰਨ ਬੰਦੇ ਬੁਣੇ ਸੀ ਮੂਹਰੇ ਧਾਗਾ ਕਰਕੇ, ਜਿਹੜੇ ਆਪਾਂ ਤਿੰਨ ਚੱਕੇ ਸੀ ਉਹਨਾਂ ਦਾ ਇਹ ਪਛਾੜਣਾ ਹੈ, ਇਹ ਪਛਾੜਣਾ, ਇਹ ਪਊਗਾ ਮੂਹਰੇ ਧਾਗਾ ਕਰਕੇ। ਹੁਣ ਆਪਾਂ ਨੇ ਸਿਰ ਤੋਂ ਇੱਕ ਬੁਣਨਾ, ਇਹ ਤਿੰਨ ਦੇ ਤਿੰਨ ਬਣਨਗੇ। ਜਿਹੜੇ ਫੁੱਲ ਵਾਲਾ ਵਿਚਾਰ ਬੰਦਾ ਉਹ ਸਿੱਧਾ ਪੈਂਦਾ ਹੁੰਦਾ, ਇਹ ਤਿੰਨ ਪਾਉਣੇ ਆਪਾਂ ਨੇ, ਬਸ ਚਾਰ ਫੰਦਿਆਂ 'ਚ ਡਿਜ਼ਾਇਨ ਬਣ ਕੇ ਤਿਆਰ ਹੋ ਜਾਂਦਾ। ਤਿੰਨ ਪਾਉਂਦੇ ਇਹ ਫੰਦਾ ਮੂਹਰੇ ਧਾਗਾ ਕਰਕੇ ਹੋਊਗਾ। ਅਤੇ ਹੁਣ ਇੱਕ ਫੰਦਾ ਇੱਥੋਂ, ਇੱਕ ਇੱਧਰੋਂ, ਇੱਕ ਇਹ ਪਹਿਲਾਂ ਪਾ ਕੇ ਗਏ ਸੀ ਆਪਾਂ ਸਿੱਧਾ, ਇੱਕ ਉਹ ਚੱਕਣਾ, ਇਹ ਤਿੰਨ ਚੱਕਣੇ ਨੇ। ਇਹ ਆਪਣੇ ਤੋਂ ਬਚ ਗਏ ਦੋ ਫੰਦੇ, ਇਹਨਾਂ ਨੂੰ ਆਪਾਂ ਹੀ ਬੁਣ ਲਾਂਗੇ। ਬਹੁਤ ਸੌਖਾ ਡਿਜ਼ਾਇਨ ਇੱਕ ਸਿਲਾਈ ਦੇ ਵਿੱਚ ਹੀ ਬਣ ਜਾਂਦਾ, ਫੰਦਿਆਂ ਦੀ ਵੀ ਕੋਈ ਦਿੱਕਤ ਨਹੀਂ, ਵੀ ਜਿੰਨੇ ਮਰਜ਼ੀ ਪਾ ਲਓ। ਵੀਡੀਓ ਨੂੰ ਸ਼ੇਅਰ ਕਰਿਓ, ਅਤੇ ਡਿਜ਼ਾਇਨ ਜੇ ਪਸੰਦ ਆਇਆ ਤਾਂ ਇੱਕ ਵਾਰੀ ਬਣਾ ਕੇ ਜ਼ਰੂਰ ਦੇਖਿਓ। ਬਹੁਤ ਹੀ ਪਿਆਰਾ ਡਿਜ਼ਾਇਨ ਲੱਗਦਾ ਤਾਂ ਬਹੁਤ ਜ਼ਿਆਦਾ। ਜੋ ਵੀ ਮੇਰੀ ਵੀਡੀਓ ਦੇਖਦੇ ਨੇ, ਲਾਇਕ ਅਤੇ ਕਮੈਂਟ ਕਰਦੇ ਨੇ, ਉਹਨਾਂ ਦਾ ਬਹੁਤ ਬਹੁਤ ਧੰਨਵਾਦ। ਥੈਂਕ ਯੂ।